ਜਲੰਧਰ ਜ਼ਿਮਣੀ ਚੋਣ ਨੂੰ ਲੈ ਕੇ ਪ੍ਰਚਾਰ ਪੂਰੇ ਜ਼ੋਰਾਂ ਤੇ ਚੱਲ ਰਿਹਾ ਸਾਰੀਆਂ ਸਿਆਸੀ ਜਮਾਤਾਂ ਦੇ ਵੱਲੋਂ ਇਸ ਕੱਲ ਦੀ ਵਾਹ ਲਾਈ ਜਾ ਰਹੀ ਹੈ ਕਿ ਇਸ ਚੋਣ ਨੂੰ ਕਿਸੇ ਵੀ ਤਰੀਕੇ ਜਿੱਤਿਆ ਚਾਵੇ ਕੱਲ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਕਾਂਗਰਸ ਹੋਵੇ ਅਕਾਲੀਆਂ ਦੀ ਜਾਂ ਫਿਰ ਭਾਜਪਾ ਤੇ ਜਾਂ ਫਿਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੀ ਹੋਵੇ ਆਮ ਆਦਮੀ ਪਾਰਟੀ ਦੇ ਲਈ ਚੋਣ ਇਸ ਕਰਕੇ ਖਾਸ ਹੈ ਕਿਉਂਕਿ ਆਮ ਆਦਮੀ ਪਾਰਟੀ ਸਤਾਤਰ ਦੇ ਵਿੱਚ ਹੈ ਇੱਕ ਚੋਣ ਜਿਹੜੀ ਬਾਇਲੈਕਸ਼ਨ ਆਮ ਆਦਮੀ ਪਾਰਟੀ ਪਹਿਲਾਂ ਹਾਰ ਚੁੱਕੀ ਹੈ ਦੂਜੀ ਚੋਣ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਦੂਜੀ ਚੋਣ ਹਾਰ ਜਾਂਦੇ ਆ ਤਾਂ 24 ਦਾ ਮੈਦਾਨ ਬਹੁਤ ਔਖਾ ਹੋ ਜਾਵੇਗਾ ਤੇ ਪਾਰਟੀ ਦੀ ਕ੍ਰੈਡੀਬਿਲਟੀ ਵੀ ਕਾਫੀ ਡਾਊਨ ਹੋ ਜਾਏਗੀ। ਇਹੀ ਕਾਰਨ ਹੈ ਕਿ ਪੂਰੀ ਪਾਰਟੀ ਯੂਨੀਨਿਮਸਲੀ ਇਸ ਚੋਣ ਨੂੰ ਜਿੱਤਣ ਦੇ ਲਈ ਪੂਰੀ ਵਾਹ ਲਗਾ ਰਹੀ ਹੈ। ਪੰਜਾਬ ਦੀ ਸਾਰੀ ਕੈਬਨਿਟ ਤੇ ਲਗਭਗ ਪੰਜਾਬ ਦੇ ਸਾਰੇ ਵਿਧਾਇਕ ਜਲੰਧਰ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਇਸੇ ਹੀ ਲੜੀ ਦੇ ਤਹਿਤ ਅੱਜ ਜਲੰਧਰ ਵਿਖੇ ਪਹੁੰਚੇ ਨੇ ਆਮਦਨੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਜਿਹੜੇ ਕਿ ਇਸ ਵਕ ਜਗਬਾਣੀ ਦੇ ਸਟੂਡੀਓ ਚ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਜ਼ਮੀਨੀ ਹਕੀਕਤ ਕੀ ਹੈ ਮੰਤਰੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜਗਬਾਣੀ ਗਰੁੱਪ ਦਾ ਮੰਤਰੀ ਸਾਹਿਬ ਕੀ ਹਾਲਾਤ ਨੇ ਤੁਸੀਂ ਜਲੰਧਰ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਪਾਰਟੀ ਦੀ ਸਥਿਤੀ ਕੀ ਹੈ ਦੇਖੋ ਮੈਂ ਇੱਕ ਗੱਲ ਕਹਾਂਗਾ ਇਹ ਸਰਕਾਰ ਦਾ ਜਿਹੜਾ 1 ਸਾਲ ਦਾ ਕਾਰਜਕਾਲ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਲੋਕੋ ਤਬਲੀਬ ਕਰ ਰਹੇ ਹੈ ਔਰ ਕਿਉਂਕਿ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਸੀ ਔਰ ਲੋਕਾਂ ਨੂੰ ਬਦਲਾਅ ਨਜ਼ਰ ਵੀ ਆਇਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਮੈਨੀਫੈਸਟੋ ਹੁੰਦੇ ਪਾਰਟੀਆਂ ਦੇ ਪਾਰਟੀ ਦੇ ਉਸ ਵੇਲੇ ਕੁਝ ਪ੍ਰੋਮਿਸ ਕੀਤੇ ਸੀ ਜੀ ਜਿਸ ਦੇ ਲਈ ਬੱਚਿਆਂ ਨੂੰ ਰੋਜ਼ਗਾਰ ਲਈ ਕਿਹਾ ਸੀ এমਪਲॉयਮੈਂਟ ਲਈ ਔਰ ਮਾਨ ਸਾਹਿਬ ਨੇ ਕਿਹਾ ਸੀ ਕੈਬਨਿਟ ਚ ਪਹਿਲਾ ਫੈਸਲਾ ਬੱਚਿਆਂ ਦੇ এমਪਲॉयਮੈਂਟ ਲਈ ਹੋਇਆ ਉਹ ਤਕਰੀਬਨ 28 ਤੋਂ 30 ਹਜ਼ਾਰ ਨੌਕਰੀਆਂ ਜਿਹੜੀਆਂ ਹੈਗੀਆਂ ਇਸ ਚੀਜ਼ ਦਾ ਪ੍ਰਮਾਣ ਹੈ ਵੀ ਉੱਤੇ ਕੰਮ ਹੋਇਆ ਔਰ ਜ਼ਮੀਨੀ ਹੋਇਆ ਔਰ ਕੋਈ ਪਾਰਟੀਆਂ ਪੁਰਾਣੀਆਂ ਤੁਸੀਂ ਸਰਕਾਰਾਂ ਦੇਖ ਲਓ ਕਦੀ ਵੈਰੀ ਫਸਟ ਡੇ ਤੋਂ ਕੰਮ ਨਹੀਂ ਸੀ ਕਰਦੇ ਆ ਜਿਹਦੇ ਵਿੱਚ ਹੋਰ ਵੀ ਪਾਰਟੀ ਦੇ ਮੈਨੀਫੈਸਟੋ ਚ ਤੁਹਾਨੂੰ ਨਾਲ ਹੀ ਗੱਲ ক্লোਜ਼ ਕਰਦੇ ਆਗਾ ਵੀ 300 ਯੂਨਟ ਬਿਜਲੀ ਮਾਫਤਾ ਸੀਗਾ ਸਰਕਾਰ ਨੇ ਉਹ ਚ ਡਿਲੇ ਨਹੀਂ ਕੀਤਾ ਕੋਈ ਲਿੰਗਰ ਹੋ ਨਹੀਂ ਕੀਤਾ ਸਰਕਾਰ ਬਣਨ ਦੇ 3-4 ਮਹੀਨੇ ਜਾਂਦਾਂ ਨਹੀਂ ਉਹਨੂੰ ਲਾਗੂ ਕੀਤਾ ਜਿਹਦਾ ਜਿਹੜੇ ਕਮਜ਼ੋਰ ਵਰਗ ਦੇ ਪਰਿਵਾਰ ਆ ਉਹਦਾ ਲਾਭ ਲੈ ਰਹੇ ਆ ਔਰ ਉਹ ਤੋਂ ਖੁਸ਼ ਹੈ ਉਸੀ ਦਾ ਵੀ ਐਡਵਾਂਟੇਜਡ ਪਾਰਟੀ ਨੂੰ ਮਿਲੇਗਾ। ਔਰ ਜਿਹੜੇ ਪੁਰਾਣੇ ਬਿਲ ਮਾਫੀਆਂ ਸੀਗੀਆਂ ਮੇਰੇ ਨਾਲ ਇੱਕ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਸੀ। ਇੱਕ ਬਹੁਤ ਕਾਮਨ ਗਰੀਬ ਪਰਵਾਸ ਸੀ ਜਨਰਲ ਵਰਗ ਤੋਂ ਸੀਗਾ। ਅਸੀਂ ਉਹਦੇ ਘਰ ਜਦੋਂ ਗਏ ਤਾਂ ਉਹਦਾ 17000 ਤੋਂ ਬਿੱਲ ਕਰਕੇ ਬਿਜਲੀ ਬੋਲਣ 99000 ਰੁਪਏ ਨੂੰ ਫਾਈਨ ਪਾਤਾ ਉਸ ਦਮਾਨੇ। ਉਹ ਪਰਿਵਾਰ ਦਾ 3 ਸਾਲ ਨੇ ਰੇਚੀ ਰਿਆ। ਅੱਛੇ ਇਲਾਕੇ 'ਚ ਰਹਿੰਦਾ ਸੀ ਸਭ ਕੁਝ ਪਰ ਕਨੈਕਸ਼ਨ ਨਹੀਂ ਲਵਾ ਸਕਿਆ ਕਿਉਂਕਿ 99000 ਰੁਪਏ ਦੇਣ ਨੂੰ ਨਹੀਂ ਸੀਗਾ। ਘਰ 'ਚ ਔਰਤਾਂ ਵੀ ਸੀ ਦੋ। ਲੇਡੀਜ਼ ਅਨਮੈਰਿਡ ਸੀਗੀਆਂ ਲੜਕੀਆਂ ਉਹਦਾ ਉਹਨਾਂ ਦਾ ਫਾਦਰ ਸੀਗਾ ਇੱਕ ਭਰਾ ਸੀਗਾ ਐਵੇਂ 5-7000 ਰੁਪਏ ਮਹੀਨਾ ਕਮਾਉਣ ਵਾਲੇ ਬੰਦੇ ਸੀ 95000 ਰੁਪਏ ਇਕੱਠਾ ਨਹੀਂ ਸੀ ਕਰ ਸਕਦੇ ਉਹਨਾਂ ਨੇ ਉਸ ਵੇਲੇ ਜਦੋਂ ਮੈਂ ਗਿਆ মিডিਆ ਮੇਰੇ ਨਾਲ ਸੀਗਾ ਔਰ মিডিਆ ਨੇ ਦਿਖਾਇਆ ਵੀ ਸੀਗਾ ਔਰ ਉਹਨਾਂ ਆ ਗਿਆ ਦੇਖ ਕੇ 3 ਸਾਲ ਹਨੇਰੇ ਚ ਪੱਖੇ ਚ ਗਰਮੀ ਚ ਉਹਨਾਂ ਨੇ ਦੁਆ ਦਿੱਤੀ ਆਰਵਿੰਦ ਕੇਜਰੀਵਾਲ ਸਾਹਿਬ ਨੂੰ ਔਰ ਭਗਵੰਤ ਮਾਨ ਜੀ ਨੂੰ ਉਹਨਾਂ ਨੇ ਭਈ ਅਗਰ ਨਾ ਹੁੰਦਾ ਤੇ ਅਸੀਂ ਸ਼ਾਇਦ ਹੋਰ ਸਾਡੀ ਜ਼ਿੰਦਗੀ ਦਾ ਬਾਕੀ بچਿਆ ਖੁਸ਼ਿਆ ਹਿੱਸਾ ਜਿਹੜਾ ਸੀ ਉਹ ਹਨੇਰੀ ਜਿਨ ਅੰਗਣਾ ਸੀ ਤੇ ਮੈਂ ਵੀ ਰੋਇਆ ਸੀ ਮੀਡੀਆ ਵਾਲੇ ਵੀ ਰੋਏ ਸੀ ਔਰ ਉਹ ਇੱਕ ਪ੍ਰਮਾਨ ਸੀਗਾ ਵੀ ਆਫਟਰ ਆਲ ਇਹਦਾ ਫਾਇਦਾ ਜਿਹੜਾ ਹੈਗਾ ਕਿਸੇ ਨਾ ਕਿਸੇ ਲੈਵਲ ਤੇ ਕਮਜ਼ੋਰ ਵਰਗ ਨੂੰ ਮਿਲਿਆ ਠੀਕ ਹੈ ਹਰ ਇੱਕ ਜਗ੍ਹਾ ਤੇ ਲੱਗ ਮੁੱਦੇ ਹੁੰਦੇ ਲੋਕ ਸਭਾ ਦੇ ਲੱਗ ਮੁੱਦੇ ਆ ਅਗਰ ਆਪਾਂ ਤੁਹਾਡੇ ਕੁਐਸਚਨ ਕਰਨ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਕਲੀਅਰ ਕਰ ਦਿੰਦਾ ਬਹੁਤ ਸਾਰੀਆਂ ਚੀਜ਼ਾਂ ਕੈਂਡੀਡੇਟ ਦੀ ਗੱਲ ਕਰ ਲੈਣੇ ਆ ਬڑے ਕੁਐਸਚਨ ਹੋਣੇ ਆ ਮੀਡੀਆ 'ਚ ਹੁੰਦੇ ਵੀ ਆ ਹੋਣੇ ਵੀ ਚਾਹੀਦੇ ਕਿਉਂ ਨਾ ਹੋਣ ਵੀ ਕੈਂਡੀਡੇਟ ਜਿਹੜਾ ਹੈ ਪਾਰਟੀ ਨੇ ਕਾਂਗਰਸ ਤੋਂ ਲਿਆ ਬਿਲਕੁਲ ਸਵਾਲ ਲੋਕ ਕਹਿੰਦੇ ਤੁਹਾਡੇ ਕੋਲ ਆਪਣੇ ਕੋਲ ਲੀਡਰ ਮੁੱਕ ਗਏ ਸੀ ਹੂੰ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਜਿਹੜੇ ਬੰਦੇ ਪੋਸਟਰ ਲਾਉਣਗੇ ਉਹਨਾਂ ਨੂੰ ਟਿਕਟ ਦੇਾਂਗੇ ਫਿਰ ਤੁਹਾਡੇ ਕੋਲ ਉਮੀਦਵਾਰ ਦਾ ਕ੍ਰਾਈਸਿਸ ਕਿਉਂ ਆ ਗਿਆ ਦੂਜਾ ਸਵਾਲ ਮੇਰਾ ਨਾਲ ਹੀ ਇਹ ਵੀ ਹੈ ਜਿੰਪਾ ਜੀ ਜਿਹੜੇ ਬੰਦੇ ਨੂੰ ਪਿਛਲੀਆਂ ਚੋਣਾਂ 'ਚ ਤੁਸੀਂ ਚੰਗਾ ਮਾੜਾ ਕਹਿੰਦੇ ਰਹੇ ਹੋ ਹੁਣ ਕਿਵੇਂ ਦੁੱਧ ਤੋਤਾ ਹੋ ਗਿਆ ਸਰ ਤੁਸੀਂ ਇੱਕ ਚੀਜ਼ ਮੇਰੀ ਗੱਲ ਦਾ ਮੀਡੀਆ 'ਚ ਮੈਂ ਗੱਲ ਕਹਿਣੀ ਚਾਹਨਾ। ਕੀ ਇਹ ਨਵੀਂ ਪਹਿਲੀ ਵਾਰ ਹੋਇਆ ਰਾਜਨੀਤੀ ਦੇ ਵਿੱਚ? ਨਹੀਂ ਪਰ ਬਦਲਾਅ ਤਾਂ ਤੁਸੀਂ ਕਰਨ ਆਏ ਸੀ ਨਾ। ਨਹੀਂ ਬਦਲਾਅ ਤਾਂ ਬਿਲਕੁਲ ਰਾਜਨੀਤੀ ਬਦਲਣ ਤੁਸੀਂ ਆਏ ਸੀ। ਰਾਜਨੀਤੀ ਬਦਲੀ ਹੈ। ਕੈਂਡੀਡੇਟ ਅਗਰ ਮੇਰੀ ਮਾਫ ਕਰਨਾ ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਇਹ ਕੁਐਸਚਨ ਸਾਡੇ ਸਾਡੇ ਨਾਲੋਂ ਵੀ ਜ਼ਿਆਦਾ ਕਾਂਗਰਸ ਦੇ ਅੱਗੇ ਆ। ਨੰਬਰ 1 ਉਹਦਾ ਤੁਹਾਨੂੰ ਮੈਂ ਤੁਹਾਨੂੰ ਗੱਲ ਕਰਦਾ। ਕੀ ਕਾਂਗਰਸ ਕੋ ਕੋਈ ਪਰਿਵਾਰ ਤੋਂ ਬਾਹਰ ਕੈਂਡੀਡੇਟ ਨਹੀਂ ਸੀਗਾ? ਕੀ ਕਾਂਗਰਸ ਆਪਣੇ ਆਪ ਨੂੰ ਬਦਲਣਾ ਨਹੀਂ ਚਾਹਦੀ ਸੀ? ਕੀ ਕਾਂਗਰਸ ਨੂੰ ਇਹ ਲੱਗਦਾ ਵੀ ਕੱਲ ਨੂੰ ਹੁਣ ਜਿੰਪਾ ਨਾ ਰਵੇ ਤਾਂ ਉਹਦੇ ਪਰਿਵਾਰ ਨੂੰ ਸਿਗਨਟ ਟਿਕਟ ਦੇਣੀ ਜ਼ਰੂਰੀ ਹੈ? ਮਾਫ ਕਰਨਾ ਦੇਖੋ ਇਹ ਕੁਐਸਚਨ ਜਿਹੜਾ ਅੱਜ ਚਾਹਰ ਰਿੰਕੂ ਜੀ ਕਾਂਗਰਸ ਚ ਆ ਕੇ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਲੇਕਿਨ ਰਿੰਕੂ ਜੀ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਜੀ ਸ਼ਾਮਲ ਕਿਉਂ ਹੋਏ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਹੜਾ ਮੈਂ ਮੇਰਾ ਪਰਿਵਾਰ ਕਾਉਂਸਲਰ ਰਿਹਾ ਪਿਤਾ ਜੀ ਕਾਉਂਸਲਰ ਰਿਹਾ ਮੈਂ ਆਪ ਕਾਉਂਸਲਰ ਰਿਹਾ ਮੇਰੀ ਧਰਮਪੱਤਰੀ ਸੇਲ ਕਾਉਂਸਲਰ ਆ ਮੈਂ ਆਪ ਐਮਐਲਏ ਰਿਹਾ ਮੈਨੂੰ ਉਹਨਾਂ ਪਾਰਟੀਆਂ ਚ ਕਾਂਗਰਸ ਪਾਰਟੀ ਚ ਕਦੀ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਮੈਨੂੰ ਆਮ ਆਦਮੀ ਪਾਰਟੀ ਚ ਅਗਰ ਪਾਰਲੀਮੈਂਟ ਦੇ ਵਿੱਚ ਮੈਨੂੰ ਜਾਂਦਾ ਜਲੰਧਰ ਦੇ ਲੋਕਾਂ ਨੇ ਮੌਕਾ ਦੇਣਾ ਔਰ ਮੇਰੇ ਲਈ ਆਸਨਾ ਇਹ ਤਾਇਆ ਉਹਨਾਂ ਦਾ ਜਾਣਾ ਮੈਨੂੰ ਇਸ ਪਾਰਟੀ ਚ ਰਹਿ ਕੇ ਪਾਰਲੀਮੈਂਟ ਚ ਗੱਲ ਕਰਨ ਦਾ ਮੌਕਾ ਮਿਲੇਗਾ ਪਰ ਖਾਸ ਗੱਲ ਇਹ ਹੈ ਕਿ ਤੁਸੀਂ ਕਮਜ਼ੋਰ ਤਬਕੇ ਦੀ ਗੱਲ ਤਾਂ ਕਰ ਦਿੱਤੀ ਹਾਂ ਪਰ ਗੱਲ ਇੱਕ ਜਿਹੜਾ ਰਜਮਾ ਤਬਕਾ ਜਾਂ ਮੀਡਲ ਕਲਾਸ ਹੈ ਜਿਹਨੂੰ ਕੋਈ ਬਿਜਲੀ ਤੁਹਾਡੀ ਨਾਲ ਬਹੁਤਾ ਮਤਲਬ ਨਹੀਂ ਹੈ ਜਾਂ ਪਾਰਟੀਕੂਲਰ ਮੈਂ ਜਲੰਧਰ ਦੀ ਗੱਲ ਕਰਾਂ ਵਪਾਰੀਆਂ ਦਾ ਸ਼ਹਿਰ ਮੰਨਿਆ ਜਾਂਦਾ ਜੀ ਇੰਡਸਟਰੀ ਦੀ ਤੁਸੀਂ ਕੀ ਕੀਤਾ ਦੇਖੋ ਇੰਡਸਟਰੀ ਲਈ ਸਰਕਾਰ ਦਾ ਪਹਿਲਾ ਸਾਲ ਸੀਗਾ ਸਰਕਾਰ ਬਹੁਤ ਵਧੀਆ ਸਰਕਾਰ ਨੇ ਕੁਝ ਫੈਸਲੇ ਲਾਈ ਹੈ ਜਿਹਦੇ ਵਿੱਚ ਮੇਰਾ ਖਿਆਲ ਇੱਕ ਜੀਐਸਟੀ ਦੇ ਸੰਬੰਧ ਵਿੱਚ ਫੈਸਲਾ ਸਰਕਾਰ ਦਾ ਪਹਿਲੇ 9-10 ਸਾਲ ਜਿਹੜਾ ਹੈ ਉਹਨਾਂ ਨੂੰ ਚੋਣਾਂ ਦੇ ਵਿੱਚ ਉਹਨਾਂ ਨੂੰ ਲਾਭ ਮਿਲੇਗਾ ਔਰ ਫੋਕਲ ਪੁਆਇੰਟਾਂ ਦੇ ਡਿਵੈਲਪਮੈਂਟ ਜਿਆਦਾ ਅੱਛਾ ਉਹਨਾਂ ਦਾ ਵਾਤਾਵਰਣ ਹੋਣਾ ਚਾਹੀਦਾ ਅੱਛੀਆਂ ਸੜਕਾਂ ਹੋਣੀਆਂ ਚਾਹੀਦੀਆਂ ਉੱਥੇ ਹਰ ਇੱਕ ਫੈਸਿਲਿਟੀ ਜਿਹੜੀ ਕੰਡਸਟਰੀ ਨੂੰ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਰਕਾਰ ਨੇ ਉੱਥੇ ਕੰਮ ਕੀਤਾ ਹੈਗਾ ਔਰ ਹੋਰ ਬੈਟਰ ਕਿਉਂਕਿ ਸਾਡੇ ਕੋਲ ਟਾਈਮ ਥੋੜਾ 1 ਸਾਲ ਦਾ ਪੀਰੀਅਡ ਹੈ ਆਪਾਂ ਨੂੰ ਲਈ ਤਾਂ ਸਾਡੇ ਕੋਲ 4 ਸਾਲ ਪਏ ਆ ਅਸੀਂ ਇੰਡਸਟਰੀ ਨੂੰ ਔਰ এমਪਲੋਇਮੈਂਟ ਲਈ ਰੋ ਬੱਚਿਆਂ ਦੇ ਰੋਜ਼ਗਾਰ ਕਿਉਂਕਿ ਇੰਡਸਟਰੀ ਨਾਲ ਸਿੱਧਾ-ਸਿੱਧਾ ਸੰਬੰਧ ਹੈ ਜਿਹੜੇ ਬਹੁਤ ਅੱਛਾ ਕਰਾਂਗੇ ਸਾਨੂੰ ਥੋੜਾ ਟਾਈਮ ਦਿਓ ਤੁਹਾਨੂੰ ਲੱਗਦਾ ਕਿ ਲਾਅ ਐਂਡ ਆਰਡਰ ਦੇ ਮਸਲੇ ਤੇ ਸਰਕਾਰ ਘिरी ਹੈ ਇਹ ਮੁੱਦਾ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆ ਰਿਹਾ ਜਾਂ ਲੋਕਾਂ 'ਚ ਇਸ ਕਾਲ ਦਾ ਕੋਈ ਰੰਗ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਜਿਵੇਂ ਆਪੋਜੀਸ਼ਨ ਹਮੇਸ਼ਾ ਕਹਿ ਰਹੀ ਹੈ ਕਹਿੰਦੇ ਜੀ ਇਹਨਾਂ ਕੋਲ ਕੰਟਰੋਲ ਨਹੀਂ ਹੋਇਆ ਕਾਨੂੰਨ ਵਿਵਸਥਾ ਕੰਟਰੋਲ ਨਹੀਂ ਹੋਈ ਪੰਜਾਬ 'ਚ ਵਾਇਲੈਂਸ ਕ੍ਰੀਏਟ ਹੋ ਗਈ ਕਾਂਗਰਸ ਇਸ ਗੱਲ ਨੂੰ ਮੁੱਦਾ ਬਣਾ ਰਹੀ ਹੈ ਕੀ ਤੁਹਾਨੂੰ ਇਹ ਕਾਂਗਰਸ ਦਾ ਮੁੱਦਾ ਗਰਾਊਂਡ ਤੇ ਨਜ਼ਰ ਆਉਂਦਾ ਲੋਕ ਤੁਹਾਨੂੰ ਇਸ ਗੱਲ ਦਾ ਲਾਂਭਾ ਦਿੰਦੇ ਆ ਕਿਹਾ ਕੈਪਟਨ ਮੋਰਿੰਦਰ ਸਿੰਘ ਦੇ ਵੇਲੇ ਜਲੰਧਰ ਸੌਰੀ ਲੁਧਿਆਣਾ ਦੇ ਵਿੱਚ ਕਿਦਾਂ-ਕਿਦਾਂ ਦੀਆਂ ਘਟਨਾਵਾਂ ਹੋਈਆਂ ਕਿਦਾਂ ਟਾਰਗੇਟਡ ਕਿਲਿੰਗਸ ਹੋਈਆਂ ਪਰਟੀਕੂਲਰ ਕਮਿਊਨਿਟੀ ਦੇ ਲੀਡਰਸ ਦੀਆਂ ਹਿੰਦੂ ਲੀਡਰਸ ਦੀਆਂ ਕਿਹਾ ਕਾਂਗਰਸ ਨੂੰ ਉਹ ਦਿਲਪੁਰਨ ਕਾ ਯਾਦ ਨਹੀਂ ਤੇ ਕਾਂਗਰਸ ਦੇ ਡਾ ਸਪੈਸ਼ਲਿਸਟ ਅੱਜ ਬਿਆਨ ਦੇ ਰਹੇ ਆ ਇਹ ਉਹ ਕਿੱਥੇ ਸੀਗੇ ਇਹਨਾਂ ਨੇ ਕਦੀ ਆਪਣੇ ਮੁੱਖ ਮੰਤਰੀ ਦੇ ਇਹਦਾ ਮੈਨੂੰ ਮਾਫ ਕਰਨਾ ਇਹ ਉਹੀ ਕਾਂਗਰਸ ਗੱਲ ਕਰ ਰਹੀ ਹੈ ਜਿਹੜੀ ਆਪਣੇ ਮੁੱਖ ਮੰਤਰੀ ਦੇ ਬਾਰੇ ਇਹਨਾਂ ਨੂੰ ਪਤਾ ਹੀ ਐ ਵੀ ਉਹ ਤਾਂ ਕਿਸੇ ਨੂੰ ਮਿਲਦੇ ਨਹੀਂ ਸੀ ਹਮ ਇਹ ਕਾਂਗਰਸੀ ਗੱਲੀ ਕਰ ਰਹੇ ਆ ਕਾਂਗਰਸ ਵਾਲਿਆਂ ਨੂੰ ਵੀ ਜਰਾ ਪੁੱਛਣਾ ਪੈਣਾ ਅੱਜ ਇਹ ਗੱਲ ਕਰਦੇ ਪੰਜਾਬ ਦੇ ਲੈਂਡ ਆਰਡਰ ਦੀ ਗੱਲ ਕਰੇ ਉਹ ਉਹ ਘਟਨਾਵਾਂ ਕਿੱਥੇ ਗਈਆਂ ਅੱਛਾ ਤੂੰ ਦੇਖੋ ਲੁਧਿਆਣੇ ਦਾ ਉਹ ਦੇਖ ਲਓ ਉਹ ਇਨਸੀਡੈਂਟ ਦੇਖੋ ਵੀ ਬੜੇ ਬੜੇ ਇਨਸੀਡੈਂਟ ਸੀਗੇ ਉਹਨੂੰ 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 ਉਹਨਾਂ ਇਨਸੀਡੈਂਟ ਨੂੰ ਹਾਈਲਾਈਟ ਨਹੀਂ ਹੁੰਦਾ ਗਿਆ। ਤਾਬਾਜ ਵੀ ਕਹਿੰਦੇ ਆ ਕਹਿੰਦੇ ਆਮ ਆਦਮੀ ਪਾਰਟੀ ਨਾ ਕਹਿੰਦੇ ਨਾਕਰਾਂ ਤੋਂ ਪਹੁੰਚ ਕੇ ਕੰਨ ਨਾਲ ਲਾਈ ਜਾਂਦੀ ਹੈ। ਕਹਿੰਦੇ ਕਰਜ਼ਾ-ਕਰਜ਼ਾ ਚੱਕ ਕੇ ਸਾਰਾ ਕਹਿੰਦੇ ਉਹੀ ਕੰਮ ਕਰੀ ਜਾਂਦੇ ਰੈਵਨਿਊ ਇਹਨਾਂ ਦਾ ਜ਼ੀਰੋ ਹੀ ਆ। ਮੈਨੂੰ ਇਹ ਦੱਸੋ ਪਿੱਛੇ 200 ਯੂਨਿਟ ਬਿਜਲੀ ਮਾਫ ਕਰਨ ਦੇ باوجود 70 ਤੋਂ 80% ਕਹਿ ਸਕਦਾ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆਏ। ਉਹਦੇ باوجود ਪੀਐਸਪੀਸੀਐਲ ਜਿਹੜੀ ਨਵੀਂ ਸਰਕਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ 9300 ਕਰੋੜ ਰੁਪਏ ਦਾ ਛੱਡ ਕੇ ਗਈ ਸੀ ਕਰਜ਼ਾ ਔਰ ਜਿਹੜੀ ਸਬਸਿਡੀ ਅਸੀਂ ਦਿੱਤੀ ਆ ਉਹਦਾ 20000 ਕਰੋੜ ਰੁਪਇਆ ਸਰਕਾਰ ਨੇ ਜਮਾ ਕਰਾਇਆ ਕਰਜ਼ਾ ਕਰਦੇ ਤੇ ਕੰਦੀ ਗੱਲ ਕਰਦੇ ਆ ਜਿਹੜੇ 9000 ਕਰੋੜ ਰੁਪਏ ਦਾ ਕਰਜ਼ਾ ਪਿਛਲੇ 5 ਸਾਲ ਚ ਥੜਿਆ ਪ੍ਰਤਾਪ ਸਿੰਘ ਬਾਜਵਾ ਜੀ ਰਾਜ ਸਭਾ 'ਚ ਬੈਠੇ ਜੀ ਰਾਜ ਸਭਾ 'ਚ ਬੈਠੇ ਸੀਗੇ ਮਾਫ ਕਰਨਾ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਚੀਫ ਮਿਨਿਸਟਰ ਨੂੰ ਰਡਾਰ ਤੇ ਲੈ ਕੇ ਰੱਖਿਆ ਤੇ ਅੱਜ ਪ੍ਰਤਾਪ ਬਾਜਵਾ ਜੀ ਨੂੰ ਯਾਦ ਆ ਗਿਆ ਕਿਹਾ ਪ੍ਰਤਾਪ ਬਾਜਵਾ ਜੀ ਪ੍ਰਤਾਪ ਬਾਜਵਾ ਜੀ ਦੇ ਮਿਲ ਕੇ ਮੇਰੇ ਇੱਕ ਬੜਾ ਵੱਡਾ ਕੁਐਸਚਨ ਹੈ ਇਹ ਅੱਜ ਮੇਰਾ ਹੁਸ਼ਿਆਰਪੁਰ ਟੋਲ ਮੁਕਤ ਹੋਇਆ ਪ੍ਰਤਾਪ ਬਾਜਵਾ ਜੀ ਪੀਡਬਲਿਊਡੀ ਮਿਨਿਸਟਰ ਸੀਗੇ ਸਭ ਤੋਂ ਜਿਆਦਾ ਸੰਤਾਪ ਹੁਸ਼ਿਆਰਪੁਰ ਦੇ ਲੋਕਾਂ ਨੇ ਪਠਾਨਕੋਟ ਦੇ ਲੋਕਾਂ ਨੇ ਚੰਡੀਗੜ੍ਹ ਜਾਂਦੇ ਭੁਗਤਿਆ ਐਡਾ ਹਾਈ ਰੇਟ ਸਿੰਗਲ ਰੋਡ ਦਾ ਸਿੰਗਲ ਰੋਡ ਹੈ ਹੁਸ਼ਿਆਰਪੁਰ ਤੋਂ ਅੱਜ ਵੀ ਚੰਡੀਗੜ੍ਹ ਦੇ ਲਈ ਅਪ ਟੂ ਬਲਾ ਚੌਰ ਤੱਕ ਤੇ ਰੇਟ ਸਭ ਤੋਂ ਹਾਈ ਹੈ ਉਹ ਤੁਸੀਂ ਉਹ ਕਿਲੋਮੀਟਰ ਦਾ ਰੇਟ ਕੱਢੋ ਜਰਾ ਸਰ ਗੱਲ ਆਪਣੇ ਵੇਲੇ ਦੀ ਵੀ ਯਾਦ ਕਰਨੀ ਪੈਂਦੀ ਬੰਦੇ ਨੂੰ ਤਦ ਬੰਦਾ ਜਵਾਬ ਦੇ ਹੁੰਦਾ ਅੱਜ ਜੇ ਅਸੀਂ ਆਪਣੀ ਸਰਕਾਰ ਵੱਲੋਂ ਗੱਲ ਕਰਾਂਗੇ ਇਹਨਾਂ ਸਰਕਾਰਾਂ ਨੂੰ ਕੰਪੈਰੀਜ਼ਨ ਕਰਾਂਗੇ ਫਾਰ ਬੈਟਰ ਲੋਕਾਂ ਨੂੰ ਇੱਕ ਸਾਲ ਦੇ ਵਿੱਚ ਕੰਮ ਮਿਲੇ ਆ ਪੰਜਾਬ ਦੇ ਲੋਕ ਬੰਦੇ ਆ ਹੋ ਸਕਦਾ ਪ੍ਰਤਾਪ ਬਾਜਵਾ ਜੀ ਇਹ ਗੱਲ ਕਿਸੇ ਨਾ ਕਿਸੇ ਲੈਵਲ ਦੇ ਨਾਲ ਦੇ ਨਾਲ ਸਾਥੀ ਮੰਨੂਗਾ ਵੀ ਨਹੀਂ ਯਾਰ ਸਰਕਾਰ ਨੇ ਕੰਮ ਤਾਂ ਕੀਤਾ ਪ੍ਰਤਾਪ ਬਾਜਵਾ ਜੀ ਇੱਕ ਮਿੰਟ ਰਹਿ ਜਾਓ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ ਪ੍ਰਤਾਪ ਬਾਜਵਾ ਜੀ ਜਿਹਨੂੰ ਕੀ ਲੋਡ ਸੀ ਬਾਰ ਬਾਰ ਜੇ ਰਾਜਪਾਲ ਨੇ ਭਾਸ਼ਣ ਬੜਿਆ ਪ੍ਰਤਾਪ ਬਾਜਵਾ ਜੀ ਉੱਠ ਕੇ ਚੱਲ ਗਏ ਬਾ ਪ੍ਰਤਾਪ ਬਾਜਵਾ ਜੀ ਨੇ ਕੋ ਸਰਕਾਰ ਨਾਲ ਗੱਲ ਕਰਨੀ ਸੀ ਸਾਹਮਣੇ ਵਿਧਾਨ ਸਭਾ ਚ ਲੈ ਕੇ ਕਰਦੇ ਸੋ ਇਹ ਗੱਲਾਂ ਤਾਂ ਬੜੀਆਂ ਹੈਗੀਆਂ ਤੋਂ ਹੋਰ ਵੀ ਉਹਨਾਂ ਦੇ ਪਾਰਟੀ ਦੇ ਲੀਡਰਾਂ ਨੂੰ ਬੜੀਆਂ ਗੱਲਾਂ ਹੈਗੀਆਂ ਜਿਹੜਾ ਜਿਹਦੀ ਤੁਸੀਂ ਮਰਜ਼ੀ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਦੀ ਗੱਲ ਕਰ ਲਓ ਨਵਜੋਤ ਸਿੱਧੂ ਜੀ ਦੀ ਮੈਂ ਗੱਲ ਕਰਦਾ ਬੜੇ ਬੜੇ ਇਸ ਵੇਲੇ ਗੱਲਾਂ ਕਰ ਰਹੇ ਆ ਮੇਰਾ ਇੱਕ ਕਦੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਇਹਨਾਂ ਨੇ ਕਹਿੰਦੇ ਬਸ ਗੱਲਾਂ ਹੀ ਕੀਤੀਆਂ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਤੁਹਾਡੇ ਬਾਰੇ ਮੈਂ ਨਵਜੋਤ ਸਿੱਧੂ ਜੀ ਨੂੰ ਕੁਐਸਚਨ ਕਰੋ ਦੇਖੋ ਕਿੱਡਾ ਵਧੀਆ ਕੁਐਸਚਨ ਹੈ ਉਹਨਾਂ ਦੇ ਜਵਾਬ ਤੁਸੀਂ ਜ਼ਰੂਰ ਮੰਗਿਓ ਜੀ ਉਹਨਾਂ ਨੂੰ ਕਹਿ ਕੇ ਜਾਈਓ ਪੇ ਤੁਹਾਨੂੰ ਆਜਾ ਆ ਜਵਾਬ ਤੁਹਾਡੇ ਕੋਲ ਮੰਗਿਆ ਗਿਆ ਮੈਂ ਪੁੱਛਣਾ ਚਾਹੁੰਦਾ ਨਵਜੋਤ ਸਿੱਧੂ ਜੀ ਨੂੰ ਜਦੋਂ ਉਹ ਲੋਕਲ ਬੋਡੀ ਮਿਨਿਸਟਰ ਸਿਗੇ ਉਹਨਾਂ ਕੋ ਮਹਿਕਮਾ ਕੈਪਟਨ ਸਾਹਿਬ ਨੇ ਵਾਪਸ ਲੈ ਵਾਪਸ ਲੈ ਲਿਆ ਸੀ ਲੈ ਲਿਆ ਸੀ ਜੀ ਉਹਨਾਂ ਨੂੰ ਬਿਜਲੀ ਮਹਿਕਮਾ ਦੇ ਦਿੱਤਾ ਪੀਐਸਪੀਸੀ ਲਿਆ ਨਹੀਂ ਉਹਨਾਂ ਨੇ ਫਿਰ ਕਿਉਂ ਨਹੀਂ ਲਿਆ ਕਿਉਂ ਚੈਲੈਂਜਿੰਗ ਜੌਬ ਸੀ ਨਹੀਂ ਸੀ ਕਰਨਾ ਜਾਂਦੇ ਆਪਾਂ ਇੱਧਰ ਉੱਧਰ ਦੀ ਜੋ ਮਰਜ਼ੀ ਮਾਰੀ ਜਾਈਏ ਸੋ ਬੜੇ ਕੁਐਸਚਨ ਆ ਬ੍ਰਦਰ ਇਹ ਚੀਜ਼ਾਂ ਸੁਧਾਰਨ ਨੂੰ ਟਾਈਮ ਲੱਗਦਾ ਇਹ ਬੜਾ ਵੱਡਾ ਸਿਲਸਿਲਾ ਹੈਗਾ ਇਹਨੂੰ ਸਿਰਫ ਇੱਕ ਪਾਰਟੀ ਠੀਕ ਕਰ ਰਹੀ ਆ ਔਰ ਇੱਕ ਮੁੱਖ ਮੰਤਰੀ ਠੀਕ ਕਰ ਰਿਹਾ ਔਰ ਇੱਕ ਮੁੱਖ ਮੰਤਰੀ ਸਾਡਾ ਇੱਕ ਸੰਯੋਜਕ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਇਸ ਰਾਜਨੀਤੀ ਦੀ ਦਿਸ਼ਾ ਨੂੰ ਬਦਲਣ ਲਈ ਦਿਨ ਰਾਤ ਕੰਮ ਕਰ ਰਹੇ ਆ ਔਰ ਮਾਨ ਜੋਗ ਮੁੱਖ ਮੰਤਰੀ ਅੱਜ ਸਭ ਤੋਂ ਲੋਕਪ੍ਰੀਏ ਜੋੜੀ ਮੈਂ ਕਹਿ ਸਕਦਾ ਦੋਹਾਂ ਮੁੱਖ ਮੰਤਰੀਆਂ ਦੀ ਜਿਨੇ ਇੱਕ ਨਵੀਂ ਦਿਸ਼ਾ ਦੇਸ਼ ਨੂੰ ਦਊਗੇ ਔਰ ਆ ਜਿਹੜੀ ਵਾਇਲੈਕਸ਼ਨ ਹੈ ਨਰਿੰਦਰ ਜੀ ਇਹ ਵੀ ਨਵੀਂ ਦਿਸ਼ਾ ਦਊਗੀ ਪਰ ਭਾਜਪਾ ਕਹਿੰਦੇ ਵੀ ਇਹ ਦਿਸ਼ਾ ਕੀ ਦੇਣਗੇ ਤਾਂ ਆਪ ਘਰੇ ਫਿਰਦੇ ਆ ਸੀਬੀਆਈ ਘੇਰੀ ਫਿਰਦੀ ਇਹਨਾਂ ਨੂੰ ਦੇਖੋ ਸੀਬੀਆਈ ਦੀ ਗੱਲ ਸੁਣ ਲਓ ਉਹ ਈਡੀ ਔਰ ਸੀਬੀਆਈ 6-6 ਮਹੀਨੇ ਆ ਜਾਂ 8-8 ਮਹੀਨੇ ਹੋ ਗਏ ਇਹਨਾਂ ਦਾ ਇਹੀ ਨਹੀਂ ਪਤਾ ਲੱਗਾ ਕਿ ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਅੱਜ ਤੱਕ ਨਹੀਂ ਪਤਾ ਲੱਗਦਾ ਪਿਆ ਕਿ ਕਿਸ ਕੱਲ ਦੇ ਜਿਹੜੇ ਇਹਨਾਂ ਦੇ ਕੁਐਸਚਨ ਆ ਉਹ اکسائز پالیسی بارے ستندر जैन والے ادھر دیکھو ستندر जैन ਜਿਹਨਾਂ ਨੂੰ انہوں نے اج تک کلیئر نہیں ਕਰ سکے اگر ਤੁਸੀਂ ਇਹਨਾਂ ਦੀ ਤੁਸੀਂ ਉਹਨਾਂ ਦੇ ਜਿਹੜੇ ਫੈਕਟਸ ਹੈਗੇ ਪੜੋ اور ਉਹਦੇ ਕੰਪੈਟਿਬਲੀ بی جے پی ਵੱਡੀ جواب دے ਐ ਜਿਹਨੇ نوٹ بندی ਕਰਨ ਵੇਲੇ ਦੱਸਿਆ ਨਹੀਂ ਲੋਕਾਂ ਨੂੰ ਬ్రਦਰ ਪਰ ਲੋਕਾਂ ਨੇ ਫਿਰ ਵੀ ਜਿਤਾ ਦਿੱਤੇ ਜਿਤਾ ਦੇਖੋ ਮੇਰੀ ਗੱਲ ਸਮਝੋ ਕੁਐਸਚਨ ਹੁੰਦੇ ਉਹਨਾਂ ਦੇ ਜਵਾਬ ਹੁੰਦੇ ਐ ਕਵਚਨ ਤਾਂ ਉਹਦੇ ਅੱਕ ਹੀ ਸੀਗਾ ਨਾ ਜੀ ਨੁਕਸਾਨ ਤਾਂ ਲੋਕਾਂ ਨੇ ਚੱਲਿਆ ਜਿਤਾਦੇ ਤਾਂ ਕੁਬਰਗਾ ਹੁੰਦਾ ਹਰੇਕ ਦਾ ਆਪਣਾ ਆਪਣਾ ਉਹ ਮੈਂ ਨਹੀਂ ਕਹਿੰਦਾ ਲੇਕਿਨ ਕਿਆ ਦਿੱਲੀ ਜਿਤ ਐਨਵਰੀ ਜਿੱਤੇ ਨਹੀਂ ਕਿਆ ਹੁਣ ਕਾਰਪੋਰੇਟ ਕਾਰਪੋਰੇਸ਼ਨ ਕਹਿੰਦੇ ਦਿੱਤੀ ਦਿੱਲੀ ਦੀ ਕਾਰਪੋਰੇਸ਼ਨ ਕਹਿੰਦੇ ਜਿੱਤੀ ਹੈ ਦੱਸੋ ਪਹਿਲਾਂ ਕਿਆ ਕਾਰਪੋਰੇਸ਼ਨ ਨੇ ਕਲੈਕਸ਼ਨ ਦਾ ਵੱਡਾ ਪਾੜ ਨਹੀਂ ਹੁਣ ਹੋਣੀ ਹਾਰੀ ਹੈ ਭਾਜਪਾ ਤਾਂ ਜੀ ਹਾਰੀ ਹੈ ਪਰ ਇਹੀ ਗੱਲ ਕਾਂਗਰਸੀ ਕਹਿੰਦੇ ਆ ਕਹਿੰਦੇ ਜੇ ਤੁਹਾਨੂੰ ਸੀਬੀਆਈ ਦੀ ਕਾਰਵਾਈ ਉੱਥੇ ਨਜਾਇਜ਼ ਲੱਗਦੀ ਹੈ ਤੇ ਫਿਰ ਪੰਜਾਬ ਚ ਵਿਜੀਲੈਂਸ ਦੀ ਕਾਰਵਾਈ ਠੀਕ ਕਿਵੇਂ ਆ ਸਰ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ ਜੀ ਉਹ ਤੱਥ ਸਾਹਮਣੇ ਰੱਖ ਕੇ ਕੀਤੀ ਜਾ ਰਹੀ ਹੈ ਜੀ ਸਰ ਸਾਹਮਣੇ ਤੱਥ ਰੱਖ ਰਾਇਆ ਹਮ ਐਦਾਂ ਸਾਹਮਣੇ ਆ ਲਓ ਜੀ ਦੇਣ ਜਵਾਬ ਜੀ ਤੁਹਾਨੂੰ ਜਿੰਪਾ ਜੀ ਜਿਹੜੀ ਸ਼ਹਿਰੀ ਸੀਟ ਹੈ ਮੈਂ ਆਖਰੀ ਸਵਾਲ ਪੁੱਛਦਾ ਹਾਂ ਤੁਹਾਨੂੰ ਲੱਗਦਾ ਹੈ ਕਿ ਅਰਬਨ ਏਰੀਆ ਦੇ ਅੰਦਰ ਪਾਪਾ ਦਾ ਇਨਫਲੂਐਂਸ ਹੈਗਾ ਤੇ ਤੁਹਾਨੂੰ ਇੱਥੇ ਜਿਹੜਾ ਸ਼ਹਿਰ ਚ ਮੰਨਿਆ ਜਾ ਰਿਹਾ ਸਿਆਸੀ ਪੰਡਿਤ ਕਹਿੰਦੇ ਆ ਵੀ ਸ਼ਹਿਰ ਚ ਮੁਕਾਬਲਾ ਤੁਹਾਡਾ 5-10 ਦੇ ਨਾਲ ਵੀ ਰਹੇਗਾ ਤੇ ਪਿੰਡਾਂ 'ਚ ਮੁਕਾਬਲਾ ਤੁਹਾਡਾ ਅਕਾਲੀ ਦਲ ਕਾਂਗਰਸ ਦੇ ਨਾਲ ਹੋ ਸਕਦਾ। ਦੇਖੋ ਇਹਦੇ ਲਈ ਇੱਕੋ ਗੱਲ ਆ ਬ੍ਰਦਰ ਓਵਰਆਲ ਟੋਟਲ ਵਿਨਿੰਗ ਇਹਦਾ ਦੇਖਿਓ ਸ਼ਹਿਰੀ ਅਰਬਨ ਔਰ ਰੂਰਲ ਜੀ ਜਿਹੜਾ ਉਹਦਾ ਕਨਕਲੂਜਨ ਨਿਕਲੇਗਾ ਉਹ ਆਮ ਆਦਮੀ ਦੇ ਹੱਕ ਦੇ ਵਿੱਚ ਜਾਏਗਾ ਔਰ ਇਹਨੂੰ ਜੀ ਪਾਰਲੀਮੈਂਟ 'ਚ ਪਹੁੰਚੂਗੇ ਔਰ ਆਮ ਆਦਮੀ ਪਾਰਟੀ ਦੀ ਆਵਾਜ਼ ਬਣੂਗੇ। ਤੁਹਾਨੂੰ ਇਸ ਗੱਲ ਦਾ ਸੰਪੂਰਨ ਯਕੀਨ ਆ? 100% ਤੋਂ ਜ਼ਿਆਦਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਦੇਖੋ ਮੁਕਾਬਲਾ ਜਿਹੜਾ ਅਲਟੀਮੇਟਲੀ ਮੈਂ ਕਹਿ ਸਕਦਾ ਵੀ ਕਾਂਗਰਸ ਕੋ ਕੈਂਡੀਡੇਟ ਜਿਹੜਾ ਹੈ ਉਹਦਾ ਪਰਿਵਾਰਵਾਦ ਦੀ ਇੱਕ ਨਿਧੀ ਰਹੀ ਹੈ ਜੀ ਉਹਨੇ ਉਸ ਪਰਿਵਾਰਵਾਦ ਦੇ ਹਿਸਾਬ ਨਾਲ ਟਿਕਟ ਸੀਟ ਦਿੱਤੀ ਜਿਹੜਾ ਕਿਸੇ ਪਾਸੇ ਉਹ ਵੀ ਫਿੱਟ ਨਹੀਂ ਬੈਂਦਾ ਕੰਮ ਉਹਨਾਂ ਦਾ ਔਰ ਲੋਕ ਇਹਨਾਂ ਚੀਜ਼ਾਂ ਜੱਜ ਬਲੀਵ ਨਹੀਂ ਕਰਦੇ ਜੀ ਠੀਕ ਹੈ ਨਾ ਜੀ ਵੀ ਉਹ ਜਾ ਕੇ ਪਾਰਲੀਮੈਂਟ ਚ ਗੱਲ ਕਰਨੀ ਪੈਂਦੀ ਹੈ ਉੱਥੇ ਬੀਜੇਪੀ ਦੇ ਸਾਹਮਣੇ ਜਾ ਕੇ ਗੱਲ ਕਰਨੀ ਪੈਣੀ ਹੈ ਜਿਹੜੀ ਸਟਰੋਂਗ ਪੋਜੀਸ਼ਨ ਚ ਹੈ ਲੋਕ ਸਭਾ ਚ ਉਧਰ ਦੇ ਲੋਕਾਂ ਨੂੰ ਪਤਾ ਰਿੰਕੂ ਜਿਆਦਾ ਫਿਟ ਕੈਂਡੀਡੇਟ ਹੈ ਔਰ ਰਿੰਕੂ ਜਿੱਤੇਗਾ ਔਰ ਸਿਚੂਲ ਰਿੰਕੂ ਜੀ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚੂਗੇ ਔਰ ਜਲੰਧਰ ਸ਼ਹਿਰ ਦਾ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਔਰ ਮੈਂਬਰ ਪਾਰਲੀਮੈਂਟ ਵੀ ਆਮ ਆਦਮੀ ਪਾਰਟੀ ਦਾ ਉਹਦਾ ਲਾਭ ਮਿਲੇਗਾ ਬਹੁਤ ਮਿਹਰਬਾਨੀ ਜਿੰਪਾ ਜੀ ਜਗਬਾਣੀ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਜਗਬਾਣੀ ਗੁਰਪਤ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਪੈ ਇਹਨਾਂ ਨੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਈ